ਦੇ ਡੀਏਵੀ ਸਕੂਲ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਵੱਲੋਂ ਸਕੂਲ ਦੇ ਹਿੰਦੀ ਦੇ ਅਧਿਆਪਕ ਸੁਨੀਲ ਸ਼ਰਮਾ ਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ ਲਾਏ ਗਏ ਹਨ। ਪੀੜਤ ਬੱਚਿਆਂ ਨੇ ਅਧਿਆਪਕ ਖਿਲਾਫ ਸੰਦੇਸ਼ ਭੇਜਣ ਤੋਂ ਇਲਾਵਾ ਬੇਵਜ੍ਹਾ ਛੂਹਣ ਦੇ ਇਲਜ਼ਾਮ ਵੀ ਲਗਾਏ। ਇਸ ਤੇ ਮਾਪਿਆਂ ਨੇ ਸਕੂਲ ਵਿੱਚ ਆ ਕੇ ਇਸ ਅਧਿਆਪਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਹਾਲਾਂਕਿ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਦਾਅਵਾ ਕੀਤਾ ਕਿ ਸਕੂਲ ਮੈਨੇਜਮੈਂਟ ਦੁਆਰਾ ਦੋਸ਼ੀ ਅਧਿਆਪਕ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ, ਪਰ ਫਿਰ ਵੀ ਅਧਿਆਪਕ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜਿਸ ਦੇ ਚਲਦਿਆਂ ਮਾਪਿਆਂ ਵੱਲੋਂ ਜ਼ੋਰ ਪਾਉਣ ਤੋਂ ਬਾਅਦ ਅਧਿਆਪਕ ਖਿਲਾਫ ਪੁਲਿਸ ਨੇ IPC ਦੀ ਧਾਰਾ 354 IT ਐਕਟ ਅਤੇ ਬੱਚਿਆਂ ਦੇ ਜਿਨਸੀ ਅਪਰਾਧਾਂ ਵਿਰੁੱਧ ਸੁਰੱਖਿਆ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸਕੀ ਕੰਪਲੇਂਟ ਆਈ ਨਾ ਉਸਕੇ ਸਭਸੇ ਪਹਿਲੇ ਤੋਂ ਹਮਨੇ ਉਸਕੋ ਸਸਪੈਂਡ ਕਰ ਦਿਆ ਔਰ DAV ਕਾਲਜ ਮੈਨੇਜਿੰਗ ਕਮੇਟੀ ਕੋ ਇਨਫਾਰਮ ਕਰ ਦਿਆ ਕਿ ਭਈਆ ਇਸਨੇ ਯੇ ਗਲਤ ਕਾਮ ਕੀਆ ਹੈ, ਸੋ ਹੀ ਸਸਪੈਂਡ ਕਰ ਦਿਆ ਔਰ ਉਸਕੇ ਬਾਅਦ ਉਸਕੀ ਜੋ ਫਰਦਰ ਪ੍ਰੋਸੀਜਰ ਹੈ ਕਿ ਉਸਕੋ ਚਾਰਜਸ਼ੀਟ ਕਰੇ, ਟਰਮੀਨੇਟ ਕਰੇ, ਵੋ ਇਨੀਸ਼ੀਏਟ ਕੀਆ ਜਾਏਗਾ। ਸਰ ਕਿਤਨੇ ਬੱਚੋਂ ਨੇ ਅਭੀ ਤੱਕ ਕੰਪਲੇਂਟ ਆਪਕੇ ਪਾਸ ਲੈ ਕੇ ਆਏ ਹੈ? ਅਭੀ ਤੱਕ ਤੋਂ ਮੈਂ ਕਿਹਾ ਕੁਛ ਪੇਰੈਂਟਸ ਆਏ ਥੇ, ਮਤਲਬ ਪ੍ਰਿੰਸੀਪਲ ਸੇ ਮਿਲੇ ਥੇ, ਮੇਰੇ ਸੇ ਨਹੀਂ ਮਿਲੇ, ਪਰ 5-6 ਪੇਰੈਂਟਸ ਹਨ ਜੋ ਆਏ ਥੇ, ਲੇਕਿਨ ਲੜਕੀ ਏਕ ਹੀ ਹੈ ਜਿਸ ਕੀ ਸ਼ਿਕਾਇਤ ਹੈ। ਐਸਾ ਨਹੀਂ ਮੈਨੇਜਮੈਂਟ ਕੋ ਜਬ ਪਤਾ ਲਗਾ ਇਮੀਡੀਏਟਲੀ ਸਸਪੈਂਡ ਕਰ ਦਿਆ। ਜਿਹੜਾ ਮੈਨੇਜਮੈਂਟ ਇਜ਼ ਆਲਸੋ ਪ੍ਰੈਸ਼ਰਾਈਜ਼ਿੰਗ ਦੈਮ ਟੂ ਹਮ ਟੂ ਸਟੂਡੈਂਟਸ ਨੋ ਕੋਈ ਮਤਲਬ ਹੀ ਨਹੀਂ ਹੈ ਜੀ। ਮੈਂ ਆਈ ਐਮ ਦੀ ਮੈਨੇਜਰ ਆਫ ਦੀ ਸਕੂਲ, ਮੁਝੇ ਤੋਂ ਜਬ ਪਤਾ ਚਲਾ ਇਮੀਡੀਏਟਲੀ ਵੀ ਸਸਪੈਂਡਡ। ਵੀ ਕੈਨੋਟ ਟੋਲਰੇਟ ਸਚ ਥਿੰਗ, ਦਿਸ ਇਜ਼ ਮੋਰਲ ਟ੍ਰੈਫਿਕਿੰਗ ਕਾ ਕੇਸ ਹੈ, ਤੋ ਕੈਸੇ ਛੋੜੇਂਗੇ ਸਰ। ਵੀ ਆਰ ਵੈਰੀ ਸੀਰੀਅਸ ਅਬਾਊਟ, ਮੈਨੇਜਿੰਗ ਕਮੇਟੀ ਇਜ਼ ਵੈਰੀ ਸੀਰੀਅਸ ਐਂਡ ਨੋ ਕਨਸੈਸ਼ਨ, ਨਥਿੰਗ ਆਫ ਦੈਟ ਵਿਲ ਬੀ ਗਿਵਨ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।